ਸਾਡੀ ਮੇਨ ਮੁੱਦਾ ਇਹੀ ਹੈ ਕਿ ਜਿਵੇਂ ਕਿ ਇਹਨਾਂ ਨੇ ਸੈਲਰੀ ਦਾ ਇਸ਼ੂ ਬਹੁਤ ਜ਼ਿਆਦਾ ਗਈ। ਸੈਲਰੀ ਜਿਹੜੀ ਇਹਨਾਂ ਨੂੰ ਅੱਗੇ 22,500 ਰੁਪਏ ਗੌਰਮੈਂਟ ਨੂੰ, ਗੌਰਮੈਂਟ ਇਹਨਾਂ ਨੂੰ ਸਾਡੀ ਕੰਪਨੀ ਨੂੰ ਦਿੰਦੀ ਆ, ਪਰ ਅੱਗੇ ਸਾਨੂੰ 8-8.5 ਹਜ਼ਾਰ ਰੁਪਏ ਦਿੱਤਾ ਜਾਂਦਾ ਵਾ। ਉਹਨਾਂ ਨੂੰ ਜਿਵੇਂ ਕਿ ਬਹੁਤ ਦੂਰੋਂ ਆਉਂਦੇ, ਉਹ ਬੱਸਾਂ ਦਾ ਕਿਰਾਇਆ ਦੇਣਾ ਪੈਂਦਾ ਵਾ, ਜਿਹਦੇ ਵਿੱਚ ਸੈਲਰੀ ਇੰਨੀ ਘੱਟ ਆ ਅਤੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਆ ਜੀ। ਜਿਹਦੇ ਵਿੱਚ 8-8.5 ਹਜ਼ਾਰ ਰੁਪਏ ਸੈਲਰੀ ਮਿਲਦੀ, ਜਿਹਦੇ 4-5 ਹਜ਼ਾਰ ਦਾ ਕਿਰਾਇਆ ਨਿਕਲ ਜਾਂਦਾ ਸਾਡਾ ਜੀ। ਮੁੰਡੇ ਦਾ ਇੱਕ ਦਿਨ ਇਸ ਤਰ੍ਹਾਂ ਦਾ ਹੁੰਦਾ ਵੀ ਜਿਸ ਦਿਨ ਤੁਸੀਂ ਫੈਮਿਲੀ ਨੂੰ ਟਾਈਮ ਦੇਣਾ, ਕਿਤੇ ਵਿਆਹ ਸ਼ਾਦੀ 'ਤੇ ਜਾਣਾ, ਤੁਸੀਂ ਉਸ ਦਿਨ ਹੀ ਜਾ ਪਾ ਰਹੇ ਹੋ, ਅਤੇ ਜਿਹੜਾ ਸੰਡੇ ਨੂੰ ਕੰਮ ਹੋਣਾ ਸੰਡੇ ਨੂੰ, ਸਾਡੀ ਵੀ ਫੈਮਿਲੀ ਸਰ, ਸਾਨੂੰ ਇਟਲੀ ਸੰਡੇ ਦੀ ਤਾਂ ਛੁੱਟੀ ਦਿੱਤੀ ਜਾਵੇ ਨਾ। ਜਾਨੀ ਦਾਸ਼ੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ। ਲੁਧਿਆਣਾ ਦੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਅੱਜ ਕਲਮ ਛੋੜ ਹੜਤਾਲ ਕੀਤੀ ਗਈ ਹੈ, ਅਤੇ ਅੱਜ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਸੇਵਾ ਕੇਂਦਰ ਰੱਖਵਾਗ ਦੇ ਵਿੱਚ, ਅਤੇ ਉਹ ਗੱਲਬਾਤ ਕਰ ਲੈਂਦੇ ਮੁਲਾਜ਼ਮਾਂ ਨਾਲ, ਜਾਣ ਲੈਂਦੇ ਕਿ ਪੂਰਾ ਮਾਮਲਾ ਕੀ ਹੈ। ਹਾਂਜੀ, ਅੱਜ ਤੁਸੀਂ ਕਲਮ ਛੋੜ ਜਿਹੜੀ ਹੜਤਾਲ ਕੀਤੀ ਹੈ ਜੀ, ਕੀ ਮਾਮਲਾ ਜੀ ਸਰ? ਸਰ ਅੱਜ ਜਿਹੜੇ ਕਿ 16 ਤਰੀਕ ਨੂੰ ਅੱਜ ਸਾਡੀ 5 ਜ਼ਿਲ੍ਹਿਆਂ ਦੀ ਇਕੱਠੀ ਸਟ੍ਰਾਈਕ ਆ ਜੀ, ਕਲਮ ਛੋੜ ਹੜਤਾਲ, ਜਿਹਦੇ ਵਿੱਚ ਕਿ ਅਸੀਂ ਪਹਿਲਾਂ ਵੀ 1 ਮਹੀਨਾ ਪਹਿਲਾਂ DC ADC ਸਾਹਿਬ ਨੂੰ ਲੈਟਰ ਦਿੱਤਾ ਸੀਗਾ ਇਹਨਾਂ ਦੇ ਰਿਗਾਰਡਿੰਗ, ਪਰ ਉਸ ਟਾਈਮ ਕੋਈ ਹੱਲ ਨਹੀਂ ਹੋ ਪਾਇਆ, ਅਤੇ ਇਸ ਕਰਕੇ ਅਸੀਂ 2 ਦਿਨ ਪਹਿਲਾਂ ਇਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀ, ਅਸੀਂ 16 ਤਰੀਕ ਨੂੰ 5 ਜ਼ਿਲ੍ਹਿਆਂ ਨੇ ਇਕੱਠੀ ਹੜਤਾਲ ਕਰਨੀ ਆ ਜੀ। ਜੇ 1 ਦਿਨ ਪਹਿਲਾਂ ਅਸੀਂ ਦੇਖਣਾ, ਜੇ ਇਹਨਾਂ ਨੇ ਸਾਡੀ ਮੰਗਾਂ ਮੰਨ ਲਈਆਂ ਤਾਂ ਠੀਕ ਹੈ, ਅਦਰਵਾਈਜ਼ ਅਸੀਂ ਇਹਨੂੰ ਕੰਟੀਨਿਊ ਵੀ ਕਰ ਸਕਦੇ ਹਾਂ ਜੀ। ਸਾਡੀ ਮੇਨ ਮੁੱਦਾ ਇਹੀ ਹੈ ਕਿ ਜਿਵੇਂ ਕਿ ਇਹਨਾਂ ਨੇ ਸੈਲਰੀ ਦਾ ਇਸ਼ੂ ਬਹੁਤ ਜ਼ਿਆਦਾ ਗਈ। ਸੈਲਰੀ ਜਿਹੜੀ ਇਹਨਾਂ ਨੂੰ ਅੱਗੇ 22,500 ਰੁਪਏ ਗੌਰਮੈਂਟ ਨੂੰ, ਗੌਰਮੈਂਟ ਇਹਨਾਂ ਨੂੰ ਸਾਡੀ ਕੰਪਨੀ ਨੂੰ ਦਿੰਦੀ ਆ, ਪਰ ਅੱਗੇ ਸਾਨੂੰ 8-8.5 ਹਜ਼ਾਰ ਰੁਪਏ ਦਿੱਤਾ ਜਾਂਦਾ ਵਾ, ਜਿਹਦੇ ਕਰਕੇ ਫੈਮਿਲੀ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਵਾਲੀ। ਉੱਪਰੋਂ ਇਹਨਾਂ ਨੇ ਟਾਈਮਿੰਗ ਜਿਹੜੀ 8-6 ਕੀਤੀ ਹੋਈ ਜੀ, ਅਤੇ ਜਿਹੜਾ ਕਿ ਸੰਡੇ ਵੀ ਸਾਨੂੰ ਲਾਉਣਾ ਪੈ ਰਿਹਾ ਵਾ, ਜਿਹਦੇ ਵਿੱਚ ਆਮ ਜਿਹੜਾ ਸਾਨੂੰ ਹੈਗਾ ਫੈਮਿਲੀ ਨੂੰ ਟਾਈਮ ਦੇਣਾ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਜੀ, ਅਤੇ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਅੱਗੇ ਸਾਡੀ ਜਿਹੜੀ ਮੰਗਾਂ ਨੂੰ ਮਨਜ਼ੂਰ ਕੀਤਾ ਜਾਵੇ। ਜਿਹੜਾ ਤੁਸੀਂ ਦੱਸ ਰਹੇ ਹੋ 8 ਵਜੇ ਦਾ ਜਿਹੜਾ ਟਾਈਮ ਕੀਤਾ, ਲੇਕਿਨ ਤੁਸੀਂ ਅੰਦਰ ਜਿਹੜਾ ਲਿਖ ਕੇ ਲਗਾਇਆ ਹੋਇਆ ਵਾ ਕਿ 10 ਵਜੇ ਟਾਈਮ ਵਰਕਿੰਗ ਹੈ, ਉਹ ਤੁਸੀਂ ਫਿਰ ਆਪਣੇ ਵੱਲੋਂ ਲਾਇਆ ਜੀ? ਹਾਂਜੀ, ਨਹੀਂ ਸਰ, ਉਹ ਕਰ ਤਾਂ ਰਹੇ ਹਾਂ, ਪਰ ਜਿਹੜੀ ਪਰੇਸ਼ਾਨੀ ਇਹ ਆ ਕਿ ਜਿਵੇਂ 8-6 ਜਿਵੇਂ ਹੁਣ ਕਈ ਮੁਲਾਜ਼ਮ ਸਾਡੇ ਦੂਰੋਂ ਆਉਂਦੇ ਨੇ, ਉਹਨਾਂ ਨੂੰ ਜਿਵੇਂ ਕਿ ਬਹੁਤ ਦੂਰੋਂ ਆਉਂਦੇ, ਉਹ ਬੱਸਾਂ ਦਾ ਕਿਰਾਇਆ ਦੇਣਾ ਪੈਂਦਾ ਵਾ, ਜਿਹਦੇ ਵਿੱਚ ਸੈਲਰੀ ਇੰਨੀ ਘੱਟ ਆ ਅਤੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਆ ਜੀ। ਜਿਹਦੇ ਵਿੱਚ 8-8.5 ਹਜ਼ਾਰ ਰੁਪਏ ਸੈਲਰੀ ਮਿਲਦੀ, ਜਿਹਦੇ 4-5 ਹਜ਼ਾਰ ਦਾ ਕਿਰਾਇਆ ਨਿਕਲ ਜਾਂਦਾ ਸਾਡਾ ਜੀ, ਜਿਹੜਾ ਕਿ ਇਹ ਚੀਜ਼ਾਂ ਸਾਰੀ ਕੰਪਨੀ ਅਤੇ ਅੱਗੇ ਸਰਕਾਰਾਂ ਨੂੰ ਦੇਖਣੀ ਚਾਹੀਦੀ ਹੈ। ਕਿਹੜੇ ਕਿਹੜੇ ਜ਼ਿਲ੍ਹੇ ਨੇ ਤੁਸੀਂ ਦੱਸ ਰਹੇ? ਜਿਵੇਂ ਸਰ ਅੱਜ ਲੁਧਿਆਣਾ ਹੋ ਗਿਆ, ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮਲੇਰਕੋਟਲਾ ਜੀ, ਇਹ ਜਿਹੜੇ 5 ਜ਼ਿਲ੍ਹੇ ਨੇ ਅੱਜ ਇਕੱਠੀ ਸਟ੍ਰਾਈਕ ਦੀ ਜਿਹੜੀ ਕੋਲ ਬੁਲਾਈ ਸੀਗੀ, ਉਹਨਾਂ ਜੇ ਅੱਜ ਜਿਹੜੀ ਕੋਲ ਕੀਤੀ ਗਈ ਆ, ਜੇ ਅੱਜ ਨਾਮ ਮੰਗਾਂ ਸਾਡੀਆਂ ਮੰਨੀਆਂ ਗਈਆਂ ਤਾਂ ਇਹ ਕੰਟੀਨਿਊ ਵੀ ਕਰ ਸਕਦੇ ਹਾਂ ਜੀ। ਜਿਹੜਾ ਤੁਸੀਂ ਦੱਸ ਰਹੇ ਹੋ ਕਿ DC ਸਾਹਿਬ ਅਤੇ ADC ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਅਤੇ ਤਨਖਾਹਾਂ ਨੂੰ ਲੈ ਕੇ, ਤੁਸੀਂ ਤੁਹਾਨੂੰ ਕੀ ਵਿਸ਼ਵਾਸ ਮਿਲਿਆ ਸੀ? ਸਰ ਉੱਥੇ ਉਹਨਾਂ ਨੇ ਸਾਨੂੰ ਇਹੀ ਕਿਹਾ ਸੀਗਾ, ਤੁਸੀਂ 2-4 ਦਿਨ ਵੇਟ ਕਰੋ ਅਤੇ ਅਸੀਂ ਸਾਡੀ ਜਿਹੜੀ ਮੰਗਾਂ ਉਹ ਪੂਰੀਆਂ ਕਰਾਂਗੇ, ਪਰ ਉਹਦੇ ਸਾਨੂੰ ਕੋਈ ਵੀ ਉਹਨਾਂ ਨੇ ਖਾਨਾ ਪੂਰਤੀ ਤੋਂ ਇਲਾਵਾ ਹੋਰ ਕੁਛ ਨਹੀਂ ਕੀਤਾ ਜੀ। ਹਾਂਜੀ, ਲੁਧਿਆਣਾ ਤੋਂ ਬਿਲੋਂਗ ਕਰਦਾ, ਤੋ ਅੱਜ ਜਿਸ ਤਰ੍ਹਾਂ ਤੋਂ ਦੇਖਿਆ ਜਾ ਰਿਹਾ ਵੀ ਸਾਰੇ ਟੋਟਲੀ 5 ਜ਼ਿਲ੍ਹਿਆਂ ਵਿੱਚ ਹੜਤਾਲ ਗਈ, ਅਤੇ ਉਹਦਾ ਮੁੱਖ ਰੀਜ਼ਨ ਇਹੀ ਹੈ ਜੀ ਵੀ ਇੱਕ ਤਾਂ ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਹੈ ਉਸ ਪੱਧਰ ਦੇ ਹਿਸਾਬ ਨਾਲ ਤਾਂ ਜਿਹੜੀ ਸਾਡੀ ਸੈਲਰੀ ਦਿੱਤੀ ਜਾ ਰਹੀ ਹੈ ਜੀ ਉਹ ਬਹੁਤ ਘੱਟ ਹੈ ਜੀ ਇਸ ਤਰੀਕੇ ਨਾਲ। ਸੈਕਿੰਡਲੀ ਕਿ ਜਿਵੇਂ ਸਰ ਨੇ ਦੱਸਿਆ ਵੀ 22,500 ਪਰ ਕਾਊਂਟਰ ਗੌਰਮੈਂਟ ਕੋਲੋਂ ਸਰਕਾਰ ਨੂੰ ਉਹਨੂੰ ਮਿਲ ਰਿਹਾ, ਤੁਹਾਡੀ ਕੰਪਨੀ ਨੂੰ ਮਿਲ ਰਿਹਾ, ਲੇਕਿਨ ਅੱਗੇ ਸਾਨੂੰ ਤੀਜਾ ਹਿੱਸਾ ਮਤਲਬ 8 ਹਜ਼ਾਰ 8.5 ਹਜ਼ਾਰ ਦਿੱਤਾ ਜਾ ਰਿਹਾ, ਜਿਹਦੇ ਨਾਲ ਕਿ ਇੱਕ ਨੋਰਮਲ ਬੰਦਾ ਜਿਹੜਾ ਅਨਮੈਰਿਡ ਬੰਦਾ ਉਹਦੀ ਵੀ ਜ਼ਰੂਰਤਾਂ ਨਹੀਂ ਪੂਰੀ ਹੋ ਪਾਉਂਦੀਆਂ, ਅਸੀਂ ਤਾਂ ਫਿਰ ਚਲੋ ਫੈਮਿਲੀ ਵਾਲੇ ਹਾਂ। ਤੋ ਸੈਕਿੰਡਲੀ ਇੱਕ ਟਾਈਮਿੰਗ ਦੀ ਬਹੁਤ ਵੱਡਾ ਇਸ਼ੂ ਸੀਗਾ ਜਿਹੜਾ ਕਿ ਸੀਗਾ, ਦੇਖੋ ਹਰ ਕੋਈ ਬੰਦਾ ਬਦਲਾਵ ਚਾਹੁੰਦਾ ਸੀਗਾ, ਅਸੀਂ ਵੀ ਚਾਹੁੰਦੇ ਸੀ ਬਦਲਾਵ, ਤਾਂ ਹੀ ਸਰਕਾਰ ਬਦਲੀ ਗਈ ਸੀਗੀ, ਤਾਂ ਹੀ ਬਦਲਾਵ ਆਪ ਸਰਕਾਰ ਨੂੰ ਤਦ ਹੀ ਲਿਆਂਦਾ ਗਿਆ ਸੀਗਾ ਵੀ ਸ਼ਾਇਦ ਸਾਡੀ ਮੰਗਾਂ ਨੂੰ ਪੂਰਾ ਕੀਤਾ ਜਾਊਗਾ, ਲੇਕਿਨ ਇਹਦਾ ਕੰਮ ਉਲਟਾ ਹੋ ਗਿਆ ਜੀ। ਸਾਨੂੰ ਸੰਡੇ ਦਾ ਛੁੱਟੀ ਹੁੰਦੀ, ਉਹ ਸੰਡੇ ਵੀ ਸਾਨੂੰ ਲਵਾਉਣਾ ਸ਼ੁਰੂ ਕਰ ਦਿੱਤਾ, ਹਾਲਾਂਕਿ ਸੈਲਰੀ ਬਾਰੇ ਕੁਛ ਨਹੀਂ ਦੱਸਿਆ ਗਿਆ ਸਾਨੂੰ। ਬਹੁਤ ਜਿਵੇਂ ਸਰ ਨੇ ਦੱਸਿਆ ਵੀ ਅਸੀਂ ਬਹੁਤ ਵੱਡੇ ਪੱਧਰ 'ਤੇ ਉਹਨਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਆ, ਪਰ ਉੱਧਰੋਂ ਕੋਈ ਜਵਾਬ ਨਹੀਂ ਆਇਆ। ਤੋ ਇਸ ਦਾ ਕਾਰਨ ਸਿੱਟੇ ਵਜੋਂ ਇਹ ਕੱਢਿਆ ਗਿਆ ਵੀ ਜਿਵੇਂ ਸਰ ਨੇ ਦੱਸਿਆ ਵੀ ਅਲਟੀਮੇਟਮ ਅਸੀਂ 2 ਦਿਨ ਪਹਿਲਾਂ ਵੀ ਦੱਸਿਆ ਜੀ ਵੀ 16 ਤਰੀਕ ਨੂੰ ਹੜਤਾਲ ਕਰਾਂਗੇ, ਉਹਦਾ ਜਵਾਬ ਨਾ ਹੋਣ ਕਰਕੇ ਅਜੇ ਹੜਤਾਲ ਨੂੰ ਕੀਤਾ ਗਿਆ ਜੀ। ਸੈਕਿੰਡਲੀ ਜੇ ਇਹਨੂੰ ਨਹੀਂ ਫਿਰ ਵੀ ਕੋਈ ਨਹੀਂ ਹੁੰਦਾ ਵੀ ਇੱਕ ਹੜਤਾਲ ਲੰਬੇ ਸਮੇਂ ਲਈ ਵੀ ਚੱਲ ਸਕਦੀ ਹੈ ਜੀ। ਅੱਛਾ ਸਰ, ਇਹ ਦੱਸੋ ਜਿਵੇਂ ਤੁਸੀਂ ਕਿ ਸਾਰਿਆਂ ਦੇ ਹੱਥਾਂ ਨੇ, ਮੈਂ ਦੇਖਦਾ ਮੈਂ ਕਿ ਇਹ ਕਾਲੇ ਤੁਸੀਂ ਇੱਕ ਬੰਨੇ ਹੋਏ ਧਾਗੇ ਜੇ ਬੰਨੇ ਹੋਏ, ਇਸ ਦਾ ਕੀ ਕਾਰਨ? ਇਹ ਸਰ ਇਹੀ ਹੈ ਹੜਤਾਲ ਦੇ ਰਿਗਾਰਡਿੰਗ, ਇਹ ਰੋਸ ਪ੍ਰਦਰਸ਼ਨ ਹੈ ਸਾਡਾ ਅੱਜ ਦੀ ਡੇਟ ਲਈ, ਫਿਲਹਾਲ ਤਾਂ ਅਸੀਂ 1 ਦਿਨ ਲਈ ਕੀਤਾ ਜੀ ਅੱਜ, ਅਗਰ ਉਹ ਫਿਰ ਵੀ ਕੋਈ ਗੱਲ ਆਏ ਤਾਂ ਫਿਰ ਅੱਗੇ ਵੀ ਕੰਟੀਨਿਊ ਰਹੂਗਾ ਜੀ। ਹੁਣ ਤੁਸੀਂ ਪ੍ਰਸ਼ਾਸਨ ਤੋਂ ਫਿਰ ਕੀ ਮੰਗ ਕਰਦੇ ਹੋ ਤੁਸੀਂ? ਪ੍ਰਸ਼ਾਸਨ ਕੋਲ ਮੰਗ ਇਹੀ ਹੈ ਸਰ, ਦੇਖੋ ਜੀ ਸੰਡੇ ਦਾ ਇੱਕ ਦਿਨ ਇਸ ਤਰ੍ਹਾਂ ਦਾ ਹੁੰਦਾ ਵੀ ਜਿਸ ਦਿਨ ਤੁਸੀਂ ਫੈਮਿਲੀ ਨੂੰ ਟਾਈਮ ਦੇਣਾ, ਕਿਤੇ ਵਿਆਹ ਸ਼ਾਦੀ 'ਤੇ ਜਾਣਾ, ਤੁਸੀਂ ਉਸ ਦਿਨ ਹੀ ਜਾ ਪਾ ਰਹੇ ਹੋ, ਅਤੇ ਜਿਹੜਾ ਸੰਡੇ ਨੂੰ ਕੰਮ ਹੋਣਾ ਸੰਡੇ ਨੂੰ, ਸਾਡੀ ਵੀ ਫੈਮਿਲੀ ਸਰ, ਸਾਨੂੰ ਇਟਲੀ ਸੰਡੇ ਦੀ ਤਾਂ ਛੁੱਟੀ ਦਿੱਤੀ ਜਾਵੇ ਨਾ। ਔਰ ਸੈਕਿੰਡਲੀ
सर पता की गल है जी, कोई भी आदमी है एक छुट्टी तो हर एक चाहिए है जी, काम कम कर ली, साड़ी भी फैमिली है, असं भी अपने घर के काम करने होंगे, तो डेफिनेटली सर एक छुट्टी तो बनती है जी सर जी।